ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹਣ ਦੇ ਪਹਿਲੇ ਵੱਡੇ ਖਬਰ ਦੇ ਵੱਲ ਅਮਰਸਰ ਦੇ ਵਿਚ ਚ ਨਹੰਗਣੇ ਕਰਦੇ ਵਿਚ ਵੜ ਕੇ ਨਵੇਂ ਬੰਨੂ ਤਲਵਾਰ ਦੇ ਨਾਲ ਵੱਡਿਆ ਹੋਏ ਦਰਦਨਾਕ ਮੌਤਾ ਦੋਸ਼ੀ ਫਰਾਰ ਤਾਂ ਦੋਸਤੋ ਅਮਰਲ ਸਰਦ ਬੈਚਾ ਨਹੰਗਣੇਕਾ ਨੌਂਬੰਦ ਦਾ ਕਤਲ ਕਰ ਦਿੱਤਾ ਮਿਰਤਕ ਨੌਂਬੰਦ ਦੀ ਪਛਾਣ ਆ ਮਲਕੀਤ ਸਿੰਘ ਵਜੋਈਆ ਉਹ ਬੇਰਕਾ ਬਲਾਕ ਦੇ ਪਿੰਡਾ ਜਹਾਂਗੀਰ ਦਾ ਰਹਿਣ ਵਾਲਾ ਸੀ ਬੀਤੀ ਰਾਤ ਨਹੰਗਾ ਸਖਦੇਵ ਸਿੰਘ ਨੇ ਮਲਕੀਤ ਸਿੰਘ ਦੇ ਘਰ ਦੇ ਬੈਚਾ ਦਾਖਲ ਹੋ ਕੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ ਕਤਲ ਕਰਨ ਤੋਂ ਬਾਅਦ ਦਾ ਦੋਸ਼ੀ ਫਰਾਰ ਬਾਅਦ ਦਾ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਿਆ ਤੇ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਮਰਦਾ ਘਰ ਦੇ ਵਿੱਚ ਰਖਵਾ ਦਿੱਤਾ ਮਲਜਮਾ ਸਖਦੇਵ ਸਿੰਘ ਦੇ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਮਰਤਾ ਕਾ ਮਲਕੀਅਤ ਦੇਕਰ ਸੋਗ ਦਾ ਮੌਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਗਲੀ ਖਬਰ ਆਖਣਾਂ ਦੇ ਵਿੱਚ ਚਲ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਨਿਸ਼ਾਨਾ ਤੇ ਸਾਬਕਾ ਸੀਐਮਾ ਬਿਆਨਤਾ ਸੰਘ ਦਾ ਪਰਿਵਾਰ 13 ਅਗਸਤ ਨੂੰ ਸਾਬਕਾ ਸੀਐਮ ਦੇ ਵਰ੍ਹੇ। ਤਾਂ ਉਸ ਤੋਂ ਵੱਡੀ ਖਬਰ ਆ ਚੁੱਕਿਆ ਕੰਨਾਂ ਦੇ ਦਰਾਹੇ ਵਿਖੇ ਖਾਲਸਪੁਰ ਜਿੰਦਾਬਾਦ ਅਤੇ ਸਿੱਖ ਪੁਰ ਜਾਹਟਸ ਦੇ ਨਾਰੇ ਲਿਖੇ ਗਏ ਤੇ ਇਸ ਵਾਰ ਸਾਬਕਾ ਸੀਐਮਾ ਬਿਆਨਤਾ ਸੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਦਰਾਹੇ ਦੇ ਬਿਚਾ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਇਲਾਵਾ ਸਾਬਕਾ ਮੰਤਰੀ ਬਿਆਨਤਾ ਸੰਘ ਦੇ ਬੋਤ ਤੇ ਵੀ ਇਹ ਨਾਰੇ ਲਿਖੇ ਹੋਏ ਹਨ। ਭਾਰਤ ਵਿੱਚ ਪਵੰਦੇ ਸ਼ੁਦਾ ਸਿੱਖ ਪਾਰਾ ਜਹਟ ਦੇ ਸੰਸਥਾਪਕ ਗੁਰਪਤਵੰਤਾ ਸੰਗਾ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ ਵਾਇਰਲ ਵੀਡੀਓ ਦੇ ਬੱਚਾ ਪੰਨੂ ਪੰਜਾਬ ਦੇ ਮੌਜੂਦਾ ਸੀਐਮਾ ਭਗਵੰਤ ਮਾਨ ਦੇ ਤੌਰ 'ਤੇ ਸਾਬਕਾ ਸੀਐਮਾ ਬਿਆਨਤਾ ਸੰਗ ਦੇ ਨਾਲ ਕਾਰਿਆ ਤੇ ਇਸ ਤੋਂ ਇਲਾਵਾ ਬਿਆਨਤਾ ਸੰਗਾ ਕਤਲ ਕਿਸ ਦੇ ਵਿੱਚ ਸ਼ਾਮਲ ਦਲਾਵਰ ਸਿੰਘ ਦਾ ਨਾਂ ਲੈ ਕੇ ਖਾਲਸਪੁਰ ਦੇ ਸਮਾਰਤਾਂ ਦੇ ਆਪੀਲਾ ਕਾਰਿਆ ਪੰਨੂ ਦੇ ਵੀਡੀਓ ਦੇ ਵਿੱਚ ਦਰਾਹ ਵੈਚ ਲਿਖੇ ਨਰੇ ਦੇ ਫੋਟੋ ਵੀ ਹਸਤੋ ਸਪਾਸਟਾਕੇ ਪੰਨੂ ਦੇ ਸਲੀਪਰ ਸੈਲਾ ਇਤੇ ਸਰਗਰਮਨ 18 ਅਗਸਤ ਨੂੰ ਹੈ ਬਿਆਨਤਾ ਸੰਗ ਦੇ ਵਰਸ਼ੀ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੰਜਾਬ ਦੇ ਵਿੱਚ ਆ ਬਾਹਰਲੇ ਬੰਦਿਆਂ ਤੇ ਜ਼ਮੀਨਾਂ ਖਰੀਦਣ ਤੇ ਵੋਟਾਂ ਬਣਾਉਣ ਤੇ ਲੱਗੇ ਬਹਿਣਾ ਖੈਰ ਨੇ ਲਿਖਿਆ ਸਪੀਕਰ ਨੂੰ ਲੈਟਰ ਕਾਂਗਰਸ ਦੇ ਵਿਧਾਇਕ ਅਸਕਪਾਲ ਸੰਘਾ ਖੈਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਘਾ ਸੰਦਮਨ ਪਾਤਰ ਲੈ ਕੇ ਮੰਗ ਕੀਤਾ ਕਿ ਸਵੇ ਤੋਂ ਬਾਹਰਲੇ ਮਦਿਆ ਨੂੰ ਬਾਹੀ ਜੋਗ ਜ਼ਮੀਨਾਂ ਕ੍ਰੇਦਨ ਤੇ ਬੋਟਾ ਬਣਾਉਣ ਤੇ ਰੋਕਾ ਲਗਾਉਣ ਬਾਰੇ ਬੈਲ ਲਿਆਂਦਾ ਜਾਵੇ ਉਹਨਾਂ ਪੱਤਰ ਦੇ ਵਿੱਚ ਕਿਹਾ ਹੈ ਕਿ 2 ਸਤੰਬਰ ਨੂੰ ਸ਼ੁਰੂ ਹੋਰੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਅਹਿਮ ਬੈਲਾ ਨੂੰ ਲਿਆਂਦਾ ਜਾਵੇ ਉਹਨਾਂ ਨੇ ਕਿਹਾ ਕਿ ਇਸ ਬੈਲ ਬਾਰੇ 20 ਮਹੀਨੇ ਪਹਿਲਾਂ ਮੈਂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਇਬਾ ਤੁਹਾਨੂੰ ਮਿਲੇ ਸਾਨਾ ਉਹਨਾਂ ਨੇ ਸਵਾਲ ਕਰਦਿਆਂ ਸਪੀਕਰ ਨੂੰ ਪੁੱਛਿਆ ਕਿ ਉਹ ਆਪਣੀ ਸਥਿਤੀ ਸਪਸ਼ਟਾ ਕਰਨ ਕਿ ਉਹਨਾਂ ਨੂੰ ਇਹ ਬੈਲਾ ਨਿਆ ਨਾ ਲਿਆਉਣ ਦੇ ਲਈ ਕਿ ਦਿਲੇ ਦੇ ਆਪ ਆਗੂ ਨੇ ਕੋਈ ਦਬਾਅ ਬਣਾਇਆ ਸੀ ਖੈਰਾਂ ਨੇ ਕਹਿ ਕੇ ਉਹਨਾਂ ਨੇ ਜਦੋਂ ਸੰਗਰੂਰਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਐਸ ਮੁੱਦੇ ਨੂੰ ਉਠਾਇਆ ਸੀ ਤਾਂ ਬਹੁਤ ਸਾਰੇ ਵਿਧਾਇਕ ਵੀ ਉਹਨਾਂ ਦੀਆਂ ਭਾਵਨਾਵਾਂ ਨੂੰ ਨਹੀਂ ਸੰਨ ਸਮਝਾ ਸਕੇ ਪੂਰੇ ਪੰਜਾਬ ਭਰ ਦੇ ਵਿੱਚ ਆ بارش ਦਾ ਫਲੈਸ਼ ਅਲਰਟ ਜਾਰੀ ਅਗਲੇ ਦਿਨਾਂ ਦੇ ਵਿੱਚ ਇਦਾਂ ਦਾ ਰਹੇਗਾ ਮੌਸਮਾ ਤਾਂ ਦੋਸਤੋ ਪੰਜਾਬ ਦੇ ਵਿੱਚ ਅਮੀਨੋ ਲੈ ਕੇ ਫਲੈਸ਼ ਅਲਰਟ ਜਾਰੀ ਕਰ ਦਿੱਤਾ ਗਿਆ ਅੱਜ ਸਵੇਰ ਪਰ ਦੇ ਵਿੱਚ ਰੌਕ ਰੌਕ ਕੇ ਮੀਂਹ ਪੈ ਰਿਹਾ ਪਰ ਅੱਜ ਤੋਂ ਬਾਅਦ ਦਾ ਮੌਨਸੂਨ ਇੱਕ ਵਾਰ ਫਿਰ ਸਸਤ ਹੋ ਜਾਵੇਗਾ ਰਾਜ ਦੇ ਵਿੱਚ ਪਿਛਲੇ 1 ਹਫਤੇ ਵਿੱਚ ਚੰਗੇ ਬਾਰਿਸ਼ ਦਰਜ ਕੀਤੀ ਗਿਆ ਮੌਸਮਾ ਵਿਭਾਗ ਦੇ ਅਨੁਸਾਰ ਤਾਪਮਨ ਵਿੱਚ ਗਰਾਵਟਾ ਦਰਜ ਕੀਤੀ ਗਿਆ ਜਾਂਦਕੇ ਔਰੋਪਨਗਰ ਦਾ ਤਾਪਮਾਨ ਲਗਭਗ 60 ਡਿਗਰੀ درجہ ਕੀਤਾ ਗਿਆ ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾਰੀ ਕੀਤਾ ਗਿਆ yellow alert ਪੰਜਾਬ ਦੇ ਪੰਜ ਜ਼ਿਲ੍ਹਿਆਂ ਪਠਾਨਕੋਟ ਗਰਦਾਸਪੁਰ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਰੂਪਨਗਰ ਅਤੇ ਐਸਐਸ ਨਗਰ ਦੇ ਵਿੱਚ yellow alert ਜਾਰੀ ਕੀਤਾ ਗਿਆ ਰਾਤ ਤੋਂ ਰੁਕ ਰੁਕ ਕੇ ਮੀਂਹ ਪਿਆ ਰੀਤੀ ਸ਼ਾਮ ਤੱਕ ਐਸਬੀਐਸ ਨਗਰ ਦੇ ਵਿੱਚ 12 ਮਿਲੀਮੀਟਰ ਰੋਪੜ ਦੇ ਵਿੱਚ 9 ਮੋਗਰ ਦੇ ਵਿੱਚ 3.5 ਅਤੇ ਅਮਰitsar ਦੇ ਵਿੱਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਕੈਨੇਡਾ ਦੇ ਪੀਆਰ ਦਾ ਸੁਪਨਾ ਲੈਣ ਵਾਲਿਆਂ ਨੂੰ ਲੱਗਿਆ ਵੱਡਾ ਝਟਕਾ 25% ਦੀ ਹੋਈ ਕਟੌਤੇ ਇਹਨਾਂ ਦੇ ਵਿੱਚ ਆ ਜ਼ਿਆਦਾਤਰ ਪੰਜਾਬੀ ਕੈਨੇਡਾ ਵਿੱਚ ਹਾਲ ਹੀ ਦੇ ਵਿੱਚ ਫੈਡਰਲ ਇਮੀਗ੍ਰੇਸ਼ਨ ਆਫ ਪਾਲਿਸੀ ਦੇ ਵਿੱਚ ਹੋਈ ਸਖਤੀ ਕਰਕੇ 70000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਖਤਰਾ ਮੰਡਰਾ ਰਿਹਾ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਵਿਦਿਆਰਥੀ ਪੰਜਾਬੀਆਂ ਜੋ ਕਿ ਨਵੀਂ ਸ਼ੁਰੂਆਤ ਦੀ ਆਸ ਦੇ ਵਿੱਚ ਆ ਕੈਨੇਡਾ ਗਏ ਸਨ ਹੁਣ ਟਰੂਡੋ ਸਰਕਾਰ education of permit ਨੂੰ ਸੀਮਾ ਤਾ ਕਰਨ ਅਤੇ ਸਥਾਈ ਨਿਵਾਸ ਦਾਖਲੇ ਨੂੰ ਘਟਾਉਂਦੇ ਜੋ ਨਾ ਬਣਾ ਰਿਹਾ ਦੋ ਦਿਨ ਪਹਿਲਾਂ ਕੈਨੇਡਾ ਦੇ ਹੈਲੀਫੈਕਸ ਵਿੱਚ ਪ੍ਰਧਾਨ ਮੰਤਰੀ ਅਤੇ ਕੈਨੇਡੀਅਨਾਂ ਮੰਤਰੀ ਨੇ ਸਪਸ਼ਟਾ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੇ ਹੋਰ ਕਦਮ ਚੁੱਕੇ ਜਾ ਸਕਦੇ ਹਨ ਬਹੁਤ ਸਾਰੇ ਗ੍ਰੈਜੂਏਟਾਂ ਦੇ ਵਰਕ ਪਰਮਿਟ ਇਸ ਸਾਲ ਖਤਮ ਹੋਣ ਜਾ ਰਹੇ ਹਨ ਤੇ ਇਸ ਸਾਲ ਦੇ ਅਖੀਰ ਦੇ ਵਿੱਚ ਇਮੀਗ੍ਰੇਸ਼ਨ ਦਾ ਸਾਮਣਾ ਕਰਨਾ ਪੈ ਸਕਦਾ ਹੈ ਸਥਿਤੀ ਖਾਸ ਤੌਰ ਤੇ ਗੰਬੀਰ ਹੋ ਗਿਆ ਕਿਉਂਕਿ ਨਾਮਾ ਸੂਬਾਈ ਨੀਤੀਆਂ ਨੇ ਸਥਾਈ ਰਹਾਇਸ਼ੀ ਦਾਖਲਨ ਵਿੱਚ 25% ਦੇ ਕਟੌਤੇ ਕੀਤੇ ਆ ਜਿਸ ਦੇ ਨਾਲ ਬਹੁਤ ਸਾਰੇ ਵਿਦਿਆਰਥੀ ਅਚਾਨਕ ਕਮਜ਼ੋਰ ਹੋ ਗਏ ਹਨ ਪਾਇਪਾ ਦੇ ਕੋਲ ਕਰੋੜਾਂ ਰੁਪਏ ਦਾ ਫੰਡ ਹੈ ਕਿਸੇ ਚੰਗੇ ਹਸਪਤਾਲ ਦੇ ਵਿੱਚ ਉਹ ਕਰਵਾਉਣਾ ਕੰਗਣਾ ਦਾ ਇਲਾਜ ਹਰਪਾਲ ਸਿੰਘਾ ਜੀ ਮੰਨ ਦਿੱਤੀ ਇਹ ਸਲਾਹ ਯਾ ਦੋਸਤੋ ਪੰਜਾਬ ਦੇ ਲੋਕ ਆ ਖਾਸ ਕਰਕੇ ਕਿਸਾਨ ਬਾਲੀਵੁੱਡ ਦੇ ਅਦਾਕਰਤੇ ਮੰਡੀ ਹਿਮਾਚਲ ਤੋਂ ਭਾਜਪੀ ਸੰਸਦ ਦਾ ਕੰਗਣਾ ਨਾਉਤ ਤੋਂ ਨਾਰਾਜ਼ ਹਨ ਤੇ ਇਹਦਾ ਕਾਰਨ ਕੰਗਣਾ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਦਿੱਤਾ ਗਿਆ ਵਿਵਾਦਤ ਬਿਆਨ ਹੈ ਕੰਗਣਾ ਦੇ ਕਿਸਾਨਾਂ ਦੇ ਖਿਲਾਫ ਬਿਆਨ ਨੂੰ ਲੈ ਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਹਮਲਾ ਬੋਲਿਆ ਗਿਆ ਹੈ ਕੰਗਣਾ ਦਾ ਕਰਵਾਇਆ ਜਾਵੇ ਕਿ ਉਸੇ ਚੰਗਾ ਹਸਪਤਾਲ ਦੇ ਵਿੱਚ ਇਲਾਜ ਹੋਣਾ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਗਣਾ ਨੂੰ ਖਰੀਆਂ ਖਰੀਆਂ ਸਨਾ ਦਿੱਤੀਆਂ ਹਨ ਹਰਪਾਲ ਚੀਮਾ ਨੇ ਕਹਿ ਕੇ ਕੰਗਣਾ ਨੂੰ ਨੌਤ ਨੂੰ ਇਲਾਜ ਦੀ ਲੋੜ ਹੈ ਚੀਮਾ ਨੇ ਕਹਿ ਕੇ ਕੰਗਣਾ ਬਾਰੇ ਮੇਰਾ ਸੁਝਾਅ ਹੈ ਕਿ ਉਹਦੀ ਪਾਰਟੀ ਭਾਜਪੀ ਪ੍ਰਧਾਨ ਨੂੰ ਉਸ ਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਆ ਭੇਜਣ ਤਾਂ ਜੋ ਕੰਗਣਾ ਦਾ ਉੱਥੇ ਚੰਗਾ ਇਲਾਜ ਹੋ ਸਕੇ ਕਿਉਂਕਿ ਕੰਗਣਾ ਕਦੇ ਦੇਖ ਦੇ ਕਿਸਾਨਾਂ ਦੇ ਖਿਲਾਫ ਅਤੇ ਕਦੇ ਕਿਸੇ ਖਾਸ ਵਰਗ ਦੇ ਖਿਲਾਫ ਬੋਲ ਕੇ ਦੇਦਾ ਭਾਈਚਾਰਾ ਖਰਾਬਕਾਰੀਆ ਹੁੰਦਾ ਤੁਰੰਤ ਕਿਸੇ ਚੰਗੇ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ ਵੱਡੀ ਖਬਰ ਐਸਾ ਜ਼ਿਲ੍ਹੇ ਦੇ ਵਿੱਚ ਵਧਣ ਵਾਲੇ ਹਨ ਜਮੀਨਾਂ ਤੇ ਰੇਟ ਕੇਂਦਰ ਨੇ ਮਨਜ਼ੂਰ ਕੀਤਾ ਵੱਡਾ ਪ੍ਰੋਜੈਕਟ ਕੇਂਦਰੀ ਮੰਤਰੀ ਮੰਡਲ ਦੇ ਵੱਲੋਂ 28602 ਕਰੋੜ ਰੁਪਏ ਦੇ ਨਾਲ ਪਟਿਆਲਾ ਜ਼ਿਲ੍ਹੇ ਦਾ ਰਾਏਪੁਰਾ ਸਨੇ 12 ਨਵੇਂ ਸੰਤੇ ਸ਼ਹਿਰ ਸਥਾਪਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਿਆ ਤੇ ਇਹ ਪ੍ਰੋਜੈਕਟ ਜਿੱਥੇ ਇਲਾਕੇ ਵਿੱਚ ਹਜ਼ਾਰਾਂ ਨਵੇਂ ਬਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਉੱਥੇ ਖੇਤਰ ਦੇ ਵਿੱਚ ਆ ਜ਼ਮੀਨਾਂ ਦੇ ਰੇਟ ਵੀ ਆਸਮਾਨੀ ਚੜਨ ਦੇ ਉਮੀਦਾਂ ਦੱਸਿਆ ਜਾ ਰਿਹਾ ਕਿ ਆ ਸਭ ਪ੍ਰੋਜੈਕਟ ਲਈ ਕਈ ਏਕੜ ਜ਼ਮੀਨਾਂ ਅਕਵਾਇਰ ਕੀਤੀ ਆ ਗਈ ਹੈ ਇਸ ਦੇ ਨਾਲ ਜਿੱਥੇ ਸਰਕਾਰ ਅਕਵਾਇਰ ਜ਼ਮੀਨ ਦੇ ਕਰੀਬਾ 3 ਗੁਣਾ ਵੱਧ ਰੇਟ ਦੇਵੇਗੇ ਉੱਤੇ ਆਸ-ਪਾਸ ਸਖੇਤਰ ਦੇ ਵਿੱਚ ਜਾਂ ਜ਼ਮੀਨਾਂ ਵੀ ਮਹਿੰਗੀਆਂ ਹੋ ਜਾਣਗੀਆਂ ਪੰਜਾਬ ਪੁਲਿਸ ਦਾ ਮੁਲਾਜ਼ਮ ਤੇ ਇੱਕ ਵਿਅਕਤੀ ਦੇ ਵੱਲੋਂ ਅਚਾਨਕ ਕੀਤਾ ਗਿਆ ਹਮਲਾ ਜਲਾ ਤਰਨ ਤਰਨ ਅਦੇਨਾ ਪੈਂਦੇ ਬੈਰੋਵਾਲ ਥਾਣੇ ਦੇ ਵਿੱਚ ਤਾਇਨਾਤ ਪੰਜਾਬ ਪੁਲਿਸ ਮੁਲਾਜ਼ਮ ਸਿਮਰਪ੍ਰੀਤ ਸਿੰਘ ਦਾ ਪੁੱਤਰ ਜਸਵਿੰਦਰ ਸਿੰਘ ਦਾ ਵਾਸੀ ਦਿਨੇਬਾਲ ਤੇ ਇੱਕ ਵਿਅਕਤੀ ਦੇ ਵੱਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿੱਚ ਜਿੱਥੇ ਪੁਲਿਸ ਮੁਲਾਜ਼ਮਾ ਜਾਕਮੀ ਹੋ ਗਿਆ ਉਥੇ ਤੁਹਾਨੂੰ ਦੱਸ ਰਿਹਾ ਕਿ ਉਸਦੀ ਪੱਗ ਵੀ ਉਤਰ ਕੇ ਤੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਦੋਂ ਪੁਲਿਸ ਮੁਲਾਜ਼ਮਾ ਸਿਮਰਪ੍ਰੀਤਾ ਸਿੰਘ ਆਪਣੇ ਕਾਰ ਦੇ ਵਿੱਚ ਡਿਊਟੀ ਤੇ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਡਾ ਪਿੰਡ ਟੋਟਾ ਦੇ ਕੋਲ ਕਾਝਾ ਸਮਾਨ ਲੈਣ ਦੇ ਲਈ ਰੁਕਿਆ ਜਿੱਥੇ ਓਮਾ ਪ੍ਰਕਾਸ਼ ਨਾਮ ਦਾ ਵਿਅਕਤੀ ਪਹਿਲਾਂ ਤੋਂ ਮੌਜੂਦ ਆ ਸੀ ਤੇ ਪੁਲਿਸ ਮੁਲਾਜ਼ਮਾ ਸਮਰਾ ਪ੍ਰੀਤਾ ਸੰਗ ਨੂੰ ਵਰਦੇ ਵਿਚ ਆ ਦੇਖ ਕੇ ਉਹ ਪਾੜਕ ਗਿਆ ਤੇ ਉਹਦੇ ਨਾਲ ਗਾਲੀ ਗਲੋਚਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਕਾਜੀ ਦਿਰਦ ਵਿੱਚ ਊਮ ਪ੍ਰਕਾਸ਼ ਦੇ ਭਰਾ ਤਰਮਿੰਦਰ ਸਿੰਘ ਅਤੇ ਉਹਦੇ ਪੈਣਾ ਕਰਨਦੀਪ ਆਕੋਰ ਤੇ ਲਾਬਾ। ਤੈਨ ਅਣਪਛਾਤੇ ਵਿਅਕਤੀ ਵੀ ਆ ਗਏ ਤੇ ਉਹਨਾਂ ਦੇ ਵੱਲੋਂ ਸਮਰਾ ਪ੍ਰੀਤਾ ਸੰਗ ਦੇ ਪੱਗ ਤੱਕ ਲਾ ਦਿੱਤੇ ਗਏ ਤੇ ਉਹਦੇ ਵਰਦੇ ਪਾੜ ਦਿੱਤੇ ਗਏ। ਉਹਦੀ ਨੀਮਾ ਪਲੇਟ ਵੀ ਤੋੜ ਦਿੱਤੇ ਗਏ ਤੇ ਐਸ ਦਰਾਂ ਕਾਂਸਟੇਬਲ ਸਮਰਾ ਪ੍ਰੇਤ ਸੰਗਤ ਵੀ ਹਮਲਾ ਵਰਣ ਤੇ ਧਾਰ ਚੀ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਹ ਮਮੂਲੀ ਜ਼ਖਮੀ ਹੋ ਗਿਆ ਤੇ ਸਥਿਤੀ ਵਿਗੜਦੇ ਦੇਖ ਕੇ ਲੋਕ ਆ ਇਕੱਠੇ ਹੋ ਗਏ ਤੇ ਹਮਲਾ ਵਾਰ ਤਰੰਤ ਮੌਕੇ ਤੋਂ ਫਰਾਰ ਹੋ ਗਏ 14 ਤੋਂ ਲੈ ਕੇ 18 ਸਾਲ ਦੀਆਂ ਧੀਆਂ ਦੇ ਲਈ ਵੱਡੀ ਖੁਸ਼ਖਬਰੀ ਪਹਿਲਾ ਟ੍ਰੇਨਿੰਗਾ ਫਿਰ ਨੌਕਰੀ ਸਰਕਾਰੀ ਸਕੀਮਾਂ ਕੇਂਦਰ ਸਰਕਾਰ ਛੇਤੀ 14 ਤੋਂ ਲੈ ਕੇ 18 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਗੈਰ ਰਵਾਇਤੀ ਨੌਕਰੀਆਂ ਦੇ ਲਈ ਸਕਲਾਈ ਦੇਣ ਦੇ ਲਈ ਇੱਕ ਨਵੀਂ ਜੋਇਨਾ ਸ਼ੁਰੂ ਕਰੇਗੀ ਜਹਦਾ ਆਦੇਸ਼ ਬਾਰਕ ਫੋਰਸ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਮਹਿਲਾ ਤੇ ਵਾਲਵਿਕਾਸ ਮੰਤਰਾਲੇ ਦੇ ਸਕੱਤਰ ਅਨੈਲਾ ਮਾਲਿਕ ਨੇ ਕਿਹਾ ਕਿ ਸ਼ੁਰੂਆਤੀ ਪੜਾਅ ਦੇ ਵਿੱਚ ਇਹ ਜੋਇਨਾ ਆਗਲੇ 2 ਤੋਂ 3 ਹਫ਼ਤਿਆਂ ਦੇ ਵਿੱਚ 27 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤੇ ਆਵਗੇ ਉਹਨਾਂ ਦਾ ਕਹਿਣਾ ਹੈ ਕਿ ਇਹ ਯੋਜਨਾ ਸ਼ੁਰੂਆਤੀ ਪੜਾਅ ਦੇ ਵਿੱਚ ਆ 27 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤੇ ਜਾ ਰਿਹਾ ਅੰਤ ਵਿੱਚ ਇਸ ਨੂੰ ਦੇਸ਼ ਭਰ ਦੇ ਵਿੱਚ 218 ਜ਼ਿਲ੍ਹਿਆਂ ਦੇ ਵਿੱਚ ਫੈਲਾਇਆ ਜਾਵੇਗਾ ਆਗਲੀ ਖਬਰ ਪੰਜਾਬ ਕੈਬਨਟ ਦੇ ਵਿੱਚ ਪੰਚਾਇਤੀ ਚੋਣਾਂ ਨਵੀਆਂ ਨੌਕਰੀਆਂ ਸਮੇਤ ਇਨ੍ਹਾਂ ਫੈਸਲਿਆਂ ਤੇ ਲੱਗੀ ਮੋਹਰ ਨहां ਦੋਸਤ ਵੱਡੀ ਖਬਰ ਦਾ ਰੌਕ ਕਰਦਿਆ 2 ਸਤੰਬਰ ਤੋਂ ਸ਼ੁਰੂ ਹੋ ਰਿਹਾ ਵਿਧਾਨ ਸਭਾ ਦੇ ਮਾਨਸੂਨਾ ਸ਼ਾਸਨ ਤੋਂ ਪਹਿਲਾ ਪੰਜਾਬ ਕੈਬਨਿਟ ਦੀ ਮੀਟਿੰਗ ਹੋਇਆ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਿਵਲ ਸਿਵਾਮ ਦੇ ਵਿੱਚ ਨਵੰਗਾ ਅਸਾਮੀਆਂ ਸਿਰਜੀਆਂ ਜਾਣਗੀਆਂ 2016 ਤੋਂ 24 ਤੱਕ ਕੋਈ ਨਵੀਂ ਪੋਸਟ ਨਹੀਂ ਬਣਾਈ ਗਈ ਹੁਣ ਇਹਨਾਂ ਅਸਾਮੀਆਂ ਨੂੰ 310 ਤੋਂ ਵਧਾ ਕੇ 369 ਤੱਕ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਨਵੇਂ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਸ਼ਹਿਸ਼ਨਾ ਡਿਵੀਜ਼ਨ ਦੇ ਵਿੱਚ 36 ਨਾਮੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਕੈਬਨਿਟ ਦੇ ਵਿੱਚ ਕਿਹੜੇ ਫੈਸਲਿਆਂ ਦੇ ਉੱਤੇ ਲੱਗੀ ਮੋਹਰ ਆ ਪੰਜਾਬ ਦੇ ਵਿੱਚ ਨਵੇਂ ਪੀ.ਸੀ.ਐਸ ਅਸਰਾਂ ਨੂੰ ਵਧਾਉਣ ਦਾ ਵੱਡਾ ਫੈਸਲਾ ਕੀਤਾ ਗਿਆ। ਪਹਿਲਾਂ ਪੰਜਾਬ ਦੇ ਵਿੱਚ 310 ਅਸਾਮੀਆਂ ਸਨ ਜੋ ਕਿ ਹੁਣ ਵਧਾ ਕੇ 369 ਤੱਕ ਕਰ ਦਿੱਤੀਆਂ ਗਈਆਂ ਹਨ। ਦੱਸਦੇ ਕਿ ਇਹ ਵਾਅਦਾ 8 ਸਾਲਾਂ ਬਾਅਦ ਦਾ ਕੀਤਾ ਗਿਆ ਹੈ। ਮਲੇਰਕੋਟਲਾ ਦੇ ਵਿੱਚ ਨਵੀਂ ਸ਼ੈਸ਼ਨ ਡਿਵੀਜ਼ਨ ਸਥਾਪਿਤ ਕਰਨ ਦਾ ਫੈਸਲਾ ਜਿਸ ਵਿੱਚ 36 ਨਮੀਆਂ ਪੋਸਟਾਂ ਦਿੱਤੀਆਂ ਜਾਣਗੀਆਂ ਪੰਚਾਇਤੀ ਰਾਜ ਐਕਟ ਵਿੱਚ ਕਈ ਬਦਲਾਅ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਪੰਚਾਇਤੀ ਰਾਜ ਚੋਣਾਂ ਦੇ ਵਿੱਚ ਸਿਆਸੀ ਪਾਰਟੀਆਂ ਆਪਣੇ ਚੋਣ ਨਿਸ਼ਾਨ ਤੇ ਚੋਣ ਲੜਦੀਆਂ ਸਨ ਪਰ ਹੁਣ ਨਵੇਂ ਫੈਸਲੇ ਦੇ ਮੁਤਾਬਕ ਪਾਰਟੀਆਂ ਬਿਨਾਂ ਚੋਣ ਨਿਸ਼ਾਨ ਤੋਂ ਪੰਚਾਇਤੀ ਚੋਣਾਂ ਲੜਨਗੀਆਂ ਇਸ ਦੇ ਨਾਲ ਪਿੰਡਾਂ ਦਾ ਆਪਸੀ ਭਾਈਚਾਰਾ ਹੋਰ ਆ ਤਾਕਤਵਰ ਹੋਵੇਗਾ ਤੇ ਇਸ ਦੇ ਨਾਲ ਹੀ 50 ਫੀਸਦੀ ਕੋਟਾ ਪੰਚਾਇਤੀ ਚੋਣਾਂ ਦੇ ਵਿੱਚ ਔਰਤਾਂ ਦੇ ਲਈ ਰਾਖਮਾ ਰੱਖਿਆ ਗਿਆ ਹੈ